ਤੁਸੀਂ ਵੇਖਿਓ ਨਿਊਜ਼ ਓਨਲੀ ਤਾਂ ਬਾਪੂ ਲਈ ਤੀ ਹਮੇਸ਼ਾ ਹੀ ਲਾਡਲੀ ਹੁੰਦੀ ਹੈ ਭਾਵੇਂ ਉਹ ਛੋਟੀ ਹੋਵੇ ਭਾਵੇਂ ਵੱਡੀ ਹੋਵੇ ਭਾਵੇਂ ਉਸ ਦਾ ਵਿਆਹ ਵੀ ਹੋ ਚੁੱਕਿਆ ਹੋਵੇ ਹਮੇਸ਼ਾ ਹੀ ਪਿਓ ਆਪਣੀ ਧੀ ਨੂੰ ਜਿਹੜਾ ਪੁੱਤਾਂ ਦੇ ਵਾਂਗ ਪਾਲਦਾ ਹੈ ਇਹ ਗੱਲ ਸੱਚ ਵੀ ਹੈ ਕਿਉਂਕਿ ਅਕਸਰ ਅਸੀਂ ਵੇਖਦੇ ਹਾਂ ਕਿ ਧੀਆਂ ਦਾ ਆਪਣੇ ਬਾਪੂ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਹੈ ਤੇ ਇਹ ਗੱਲ ਸੱਚ ਵੀ ਹੈ ਤਾਂ ਤੁਹਾਨੂੰ ਇੱਕ ਅਸਲੀਅਤ ਵੀ ਦੱਸਾਂਗੇ ਜਿੱਥੇ ਬਾਪੂ ਵੱਲੋਂ ਆਪਣੀ ਧੀ ਨੂੰ ਜਿਹੜਾ ਸਹੁਰੇ ਪਰਿਵਾਰ ਤੋਰਿਆ ਜਾਂਦਾ ਵਿਆਹ ਕੇ ਤਾਂ ਜਦੋਂ ਸਹੁਰਾ ਪਰਿਵਾਰ ਵੱਲੋਂ ਉਸਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਜਿਹੜਾ ਪਿਓ ਹੁੰਦਾ ਹੈ ਬੈਡ ਬਾਜ਼ੀਆਂ ਦੇ ਨਾਲ ਜਿਹੜੇ ਆਪਣੀ ਧੀ ਨੂੰ ਵਾਪਸ ਲੈ ਕੇ ਆਉਂਦਾ ਹੈ ਆਖਰਕਾਰ ਕਿਉਂ ਬਾਪੂ ਜਿਹੜਾ ਆਪਣੀ ਧੀ ਦੇ ਲਈ ਅਜਿਹਾ ਕਰਦਾ ਹੈ ਅਤੇ ਕਿੱਥੋਂ ਦਾ ਪੂਰਾ ਮਾਮਲਾ ਹੈ ਵੇਖਦੇ ਹਾਂ ਰਿਪੋਰਟ ਦੇ ਵਿੱਚ रांची विच एक ब्याह दी बरात काफी ज्यादा चर्चा दे विच है ते ए बरात धी दे सहुरिआं नूं विदायगी देण दे लई नहीं सगो कि सहुरिआं दे तशद्द तों मुक्त करवाउण दे लई कढ़ी गई सी पिता ने अपनी शादीशुदा धी नूं वापस लिआउण दे लई साजां ते आतिशबाजी दे नाल बरात कढ़ी जिसदा उसदे सहुरिआं दे वल्लों शोषण कीता जा रिहा सी उसने 15 अक्तूबर नूं कढ़ी इस बरात दी वीडियो सोमवार नूं अपने फेसबुक अकाउंट उत्ते पोस्ट कीती ते लिखिआ लोक अपनीआं धीआं दा ब्याह बड़ीआं चावां ते लाड़ ਦੇ ਨਾਲ ਕਰਦੇ ਨੇ ਪਰ ਜੇਕਰ ਪਤੀ ਪਤਨੀ ਤੇ ਪਰਿਵਾਰ ਗਲਤ ਨਿਕਲਣ ਤਾਂ ਗਲਤ ਕੰਮ ਕਰਨ ਤਾਂ ਤੁਹਾਨੂੰ ਆਪਣੀ ਧੀ ਨੂੰ ਬਾਇੱਜ਼ਤ ਸਨਮਾਨ ਦੇ ਨਾਲ ਆਪਣੇ ਘਰ ਵਾਪਸ ਲੈ ਕੇ ਆਉਣਾ ਚਾਹੀਦਾ ਹੈ ਕਿਉਂਕਿ ਧੀਆਂ ਬਹੁਤ ਹੀ ਕੀਮਤੀ ਹੁੰਦੀਆਂ ਨੇ ਇਸ ਦਲੇਰ ਪਿਤਾ ਦਾ ਨਾਮ ਪ੍ਰੇਮ ਗੁਪਤਾ ਹੈ ਜੋ ਕਿ ਰਾਂਚੀ ਦੇ ਕੈਲਾਸ਼ ਨਗਰ ਕੁਮਹਾਰ ਟੋਲੀ ਦਾ ਰਹਿਣ ਵਾਲਾ ਹੈ ਤੇ ਉਸ ਦਾ ਕਹਿਣਾ ਹੈ ਕਿ 28 ਅਪ੍ਰੈਲ 2022 ਨੂੰ ਬੜੀ ਧੂਮਧਾਮ ਦੇ ਨਾਲ ਉਸਨੇ ਆਪਣੀ ਧੀ ਸਾਕਸ਼ੀ ਗੁਪਤਾ ਦਾ ਵਿਆਹ ਸਚਿਨ ਕੁਮਾਰ ਨਾਂ ਦੇ ਨੌਜਵਾਨ ਦੇ ਨਾਲ ਕੀਤਾ ਸੀ ਅਤੇ ਉਹ ਝਾਰਖੰਡ ਬਿਜਲੀ ਵੰਡ ਨਿਗਮ ਦੇ ਵਿੱਚ ਇਸ ਸਹਾਇਕ ਇੰਜੀਨੀਅਰ ਦੇ ਵਜੋਂ ਕੰਮ ਕਰ ਰਿਹਾ ਹੈ ਤੇ ਸਰਵੇਸ਼ਵਰੀ ਨਗਰ ਰਾਂਚੀ ਦਾ ਵਸਨੀਕ ਹੈ ਉਹਨਾਂ ਦੋਸ਼ ਲਗਾਇਆ ਕਿ ਕੁਝ ਦਿਨਾਂ ਬਾਅਦ ਹੀ ਧੀ ਨੂੰ ਸਹੁਰੇ ਪਰਿਵਾਰ ਦੇ ਵਿੱਚ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹਰ ਵਾਰ ਉਸਦਾ ਪਤੀ ਉਸਨੂੰ ਘਰੋਂ ਕੱਢ ਦਿੰਦਾ ਸੀ ਕਰੀਬ 1 ਸਾਲ ਬਾਅਦ ਸਾਕਸ਼ੀ ਨੂੰ ਪਤਾ ਲੱਗਾ ਕਿ ਜਿਸ ਵਿਅਕਤੀ ਦੇ ਨਾਲ ਉਸਦਾ ਵਿਆਹ ਹੋਇਆ ਹੈ ਉਸਦਾ ਵਿਆਹ ਪਹਿਲਾਂ ਵੀ 2 ਵਾਰ ਹੋ ਚੁੱਕਾ ਹੈ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਇਸ ਦੌਰਾਨ ਸਾਕਸ਼ੀ ਨੇ ਕਿਹਾ ਕਿ ਸਭ ਕੁਝ ਜਾਣਨ ਦੇ ਬਾਵਜੂਦ ਮੈਂ ਹਿੰਮਤ ਨਹੀਂ ਹਾਰੀ ਕਿਸੇ ਤਰ੍ਹਾਂ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸਨੂੰ ਲੱਗਾ ਕਿ ਸ਼ੋਸ਼ਣ ਤੇ ਪਰੇਸ਼ਾਨੀ ਕਾਰਨ ਉਸਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ ਤਾਂ ਉਸਨੇ ਰਿਸ਼ਤੇ ਦੀ ਕੈਦ ਤੋਂ ਬਾਹਰ ਨਿਕਲਣ ਦਾ ਫੈਸਲਾ ਕੀਤਾ ਪਿਤਾ ਅਤੇ ਮਾਮੇ ਦੇ ਪਰਿਵਾਰ ਨੇ ਸਾਕਸ਼ੀ ਦੇ ਇਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਤੇ ਉਹਨਾਂ ਨੇ ਜਿਸ ਤਰ੍ਹਾਂ ਆਪਣੀ ਧੀ ਨੂੰ ਤੋਰਿਆ ਸੀ ਸਹੁਰੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਬੈਂਡ ਬਾਜਿਆਂ ਦੇ ਨਾਲ ਆਤਿਸ਼ਬਾਜ਼ੀਆਂ ਦੇ ਨਾਲ ਆਪਣੀ ਧੀ ਨੂੰ ਆਪਣੇ ਘਰ ਵਾਪਸ ਲੈ ਕੇ ਆਏ ਤੇ ਪ੍ਰੇਮ ਗੁਪਤਾ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਕਦਮ ਇਸ ਖੁਸ਼ੀ ਦੇ ਵਿੱਚ ਚੱਕਿਆ ਹੈ ਕਿ ਉਸਦੀ ਬੇਟੀ ਸ਼ੋਸ਼ਣ ਤੋਂ ਮੁਕਤ ਹੋ ਗਈ ਹੈ ਸਾਕਸ਼ੀ ਨੇ ਤਲਾਕ ਲਈ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਹੈ ਤੇ ਲੜਕੇ ਨੇ ਗੁਜ਼ਾਰਾ ਪਤਾ ਦੇਣ ਦੀ ਵੀ ਗੱਲ ਕਹੀ ਹੈ ਤਲਾਕ ਨੂੰ ਜਲਦੀ ਹੀ ਕਾਨੂੰਨੀ ਤੌਰ ਤੇ ਮਨਜ਼ੂਰੀ ਮਿਲਣ ਦੀ ਉਮੀਦ ਹੈ ਤਾਂ ਪਿਤਾ ਇੱਕ ਧੀ ਦੇ ਲਈ ਮਿਸਾਲ ਬਣਿਆ ਹੈ ਬਲਕਿ ਸਾਰਿਆਂ ਦੇ ਲਈ ਵੀ ਇੱਕ ਮਿਸਾਲ ਉਸਨੇ ਕਾਇਮ ਕਰ ਦਿੱਤੀ ਹੈ ਕਿ ਜੇਕਰ ਧੀਆਂ ਨੂੰ ਸਨਮਾਨ ਦੇ ਨਾਲ ਜੇ ਕੋਈ ਨਹੀਂ ਰੱਖ ਸਕਦਾ ਤਾਂ ਧੀਆਂ ਨੂੰ ਸਨਮਾਨ ਦੇ ਨਾਲ ਆਪਣੇ ਘਰ ਵਿੱਚ ਵਾਪਸ ਲੈ ਕੇ ਆਉਣਾ ਚਾਹੀਦਾ ਹੈ ਜੇਕਰ ਹਰ ਕੋਈ ਪਿਤਾ ਇਸ ਤਰ੍ਹਾਂ ਦੀ ਸੋਚ ਰੱਖੇ ਹਰ ਕੋਈ ਪੇਕਾ ਪਰਿਵਾਰ ਇਸ ਤਰ੍ਹਾਂ ਦੀ ਸੋਚ ਰੱਖੇ ਤਾਂ ਕਦੇ ਵੀ ਕੋਈ ਵੀ ਧੀ ਦੁਖੀ ਨਹੀਂ ਹੋਵੇਗੀ।